पंज पीर ते पंज प्यारे, पंज दरिया पंजाबी, पंज तखत पंजे कक्के सिख पंथ दी चापी। पंजा साहिब गुरु की नगरी, पंजे नाल नवाजी, पंज चीज तो बने पंजीरी, पंज तो बने पंजाबी। जिथे असी पंजाब दी खुशहाली दी करदे हां आस, चढ़दी कला च रहन पंजाब दे लोग एक करदे हां अरदास, उत्थे ही पंजाब दा अज हो रहा है नास। कई हजार परिवार अज भी गरीबी रेखा दे हेठ रह रहे हन, इसलिए बच्चे स्कूल पढ़न भी नहीं जा सकते। नशियां दी बीमारी ने कई परिवार दी जिंदगी कर दित्ती गलतान। इन्ना सारी समस्यावां तो परेशान होके पंजाब दे एक छोटे जे पिंड रत्तियां विच रहण वाले सरदार कुलदीप सिंह जी ने सोचे कि इस मसले दा हल कढ़िया जावे। पर कितना किदां असी अपनी पनीरी नूं नशियां तो बचा के गुरसिक्खी जीवन अपनाउण नूं प्रेर सकदे हां, किदां पिंडां च रहिंदे हर एक बच्चे दे हत्थ कलम फड़ाया जाए तां जो उह आउण वाले समें विच उच्चे मुकाम हासिल कर पाउण। कुलदीप सिंह जी नूं इन्हां सारे सवालां दा इक्को जवाब मिलिया, अकाल अकैडमी, जिथे बच्चों नूं दुनियावी पढ़ाई दे नाल नाल गुरसिक्खी जीवन दा रहन सहन भी सिखाया जांदा है। कुलदीप सिंह जी ने अपनी जमीन डोनेट करके पिंड विच अकैडमी खोलन दा फैसला किया। अज कई सालों तो बाद इस पिंड दा नक्शा बदल गया, जो पिंड दे लोग सानू आप दसदे ने। इहदी पढ़ाई काल अकैडमी दी बहुत वधिया जी, इस करके भी असी जिन्ने भी बच्चे आ होर भी आसे पासे बच्चे आ असी यही बच्चों नूं कहा भी भाई तुसीं काल अकैडमी च पढ़ो। इत्थों पंजवीं क्लास का जां तीजी क्लास का बच्चा जाके साढ़े दसवीं क्लास वाले बच्चे नूं जाके इंग्लिश सिखाउंदा ते उहनां बच्चों नूं इंग्लिश नहीं आ रही। हर एक नूं पता ही एजुकेशन की बहुत जरूरत आ जी। साडा छोटे जिहे पिंड दे विच अकैडमी ने जाने कि बहुत मल्लां मारियां, 16 बच्चों तो 125 बच्चा हो गया जी। इस करके भी हर एक पंजाब दे पिंड च अकैडमी होनी चाहीदी आ, सानूं जाने साडा पंजाब खुशहाल होवे ਅਤੇ ਨਾਲੇ ਸਿੱਖੀ ਵੱਲ ਗਾਂਹ ਵਧੇ ਜੀ। ਮੈਂ ਬਹੁਤ ਜ਼ਿਆਦਾ ਦਾਰੂ ਪੀਂਦਾ ਸੀ, ਜਦੋਂ ਦੀ ਹੁਣ ਮੈਂ 2 ਸਾਲ ਹੋ ਗਏ ਅੰਮ੍ਰਿਤ ਛਕਿਆ ਜੀ, ਦਾਰੂ ਛੱਡੀ ਹੋਈ ਆ। ਸੁਬਾਹ ਤੋਂ ਲੈ ਕੇ ਮੈਂ ਸ਼ਾਮ ਤੱਕ ਦਾਰੂ ਪੀ ਜਾਂਦਾ ਸੀ। ਹੁਣ 2 ਸਾਲ ਹੋ ਗਏ ਮੈਂ ਜਦੋਂ ਅੰਮ੍ਰਿਤ ਛਕਿਆ ਜੀ, ਮੈਂ ਆਪਣਾ ਘਰ ਵੀ ਬਣਾ ਲਿਆ, ਬਹੁਤ ਵਧੀਆ ਘਰ ਪਾ ਲਿਆ ਜੀ। ਪਿੰਡ ਦਾ ਬਹੁਤ ਮਾਹੌਲ ਬਦਲ ਗਿਆ, ਤਾਂ ਹੀ ਇੰਨਿਆਂ ਨੇ ਅੰਮ੍ਰਿਤ ਛਕਦੇ ਆ ਅਤੇ ਇੱਥੋਂ ਤਾਂ ਹੀ ਆ ਗਏ ਹਾਂ, ਅਤੇ ਨਹੀਂ ਬਹੁਤ ਘਰ ਦਾ ਬੁਰਾ ਹਾਲ ਸੀਗਾ। ਇੱਕ ਇਨਸਾਨ ਦੇ ਚੰਗੇ ਫੈਸਲੇ ਦੀ ਬਦੌਲਤ ਪਿੰਡ ਵਿੱਚ ਹਰ ਜਗ੍ਹਾ ਖੁਸ਼ੀ ਦਾ ਮਾਹੌਲ। ਨਸ਼ੇ ਛੱਡ ਕੇ ਕੀਤਾ ਅੰਮ੍ਰਿਤ ਪਾਨ, ਧੀਆਂ ਦਾ ਕਰਨ ਲੱਗ ਪਏ ਸਤਿਕਾਰ। ਮੇਰੀ ਬੇਟੀ ਆ, ਇਹ ਮੈਂ ਆਪਦੇ ਬੇਟੇ ਦੇ ਬਰਾਬਰ ਹੀ ਸਮਝਦਾ ਇਹਨੂੰ ਜੀ। ਜਦੋਂ ਸਾਨੂੰ ਕਾਲ ਅਕੈਡਮੀ ਵਿੱਚ ਜਾਂਦੇ, ਉੱਥੇ ਪ੍ਰੋਗਰਾਮ ਵੀ ਚੱਲਦੇ ਆ, ਸਿਖਾਉਂਦੇ ਵੀ, ਸਾਡੀ ਮੀਟਿੰਗਾਂ ਦੇ ਵਿੱਚ ਵੀ ਇਹ ਦੱਸਦੇ ਆ ਵੀ ਆਪਣੀ ਭਰੂਣ ਹੱਤਿਆ ਨੂੰ ਬੰਦ ਕੀਤਾ ਜਾਵੇ, ਕੁੜੀਆਂ ਨੂੰ ਬਰਾਬਰ ਦਾ ਸਤਿਕਾਰ ਕੀਤਾ ਜਾਵੇ। ਆਓ ਅਸੀਂ ਪੁੱਛਦੇ ਹਾਂ ਕੁਲਦੀਪ ਸਿੰਘ ਜੀ ਨੂੰ ਕੀ ਮਹਿਸੂਸ ਹੁੰਦਾ ਹੈ ਫੈਸਲਾ ਕਰਨ ਤੋਂ ਬਾਅਦ। ਵੀਰ ਜੀ, ਮੇਰੇ 'ਚ ਐਡੀ ਚੇਂਜ ਆ ਗਈ ਆ ਉਦੋਂ ਦੀ, ਮੈਂ ਉਂਗਲ ਉਂਗਲ ਦੋ ਉਂਗਲ ਵੱਟ ਇੱਧਰ ਕਰਤੀ ਇੱਧਰ ਕਰਤੀ, ਇਸ ਤਰ੍ਹਾਂ ਮੇਰਾ ਸੀਗਾ ਨਾ ਵੀ ਨਾ ਨਾ ਆਹ ਜ਼ਮੀਨ ਮਿਲਦੀ ਆਹ ਲੈ ਲਾ। ਹੁਣ ਮੇਰਾ ਤਾਂ ਇਹੀ ਆ, ਸਕੂਲ ਗਾਂਹ ਚੱਲੇਗਾ ਮੈਂ, ਹੋ ਸਕਦਾ ਮਹਾਰਾਜ ਕਾਲਜ ਵੀ ਬਣਾ ਦੇ ਸਾਡੇ ਪਿੰਡ। ਉਦੋਂ ਬਾਅਦ ਜਿਹੜੇ ਸਾਡੇ ਪਿੰਡ ਦੇ ਵਿੱਚ ਜਿੰਨੇ ਮਾਝੀ ਸਿੱਖ ਜਾਂ ਹੋਰ ਹੈਗੇ ਸਾਡੇ, ਉਹਨਾਂ ਨੇ ਅੰਮ੍ਰਿਤ ਛਕ ਲਏ ਆ। ਪਹਿਲਾਂ ਬੱਚਿਆਂ ਨੇ ਉੱਠ ਕੇ ਸਵੇਰੇ ਪਾਠ ਕਰਨਾ, ਅਤੇ ਉਹ ਮਾਂ ਪਿਓ ਕਹੀਆਂ ਲੜਨਾ, ਪਿਓਆਂ ਨੇ ਤੂੰ ਕੀ ਕਰੀ ਜਾਂਦਾ ਤੂੰ ਕੀ ਸਵੇਰੇ ਸਵੇਰੇ, ਉਹਨਾਂ ਲੋਕਾਂ ਨੇ ਅੰਮ੍ਰਿਤ ਛਕ ਲਿਆ। ਐਡੀ ਚੇਂਜ ਆਈ ਆ ਸਾਡੇ ਪਿੰਡ ਦੇ ਵਿੱਚ ਸਕੂਲ ਆਉਣ ਦੇ ਨਾਲ ਬੜੂ ਸਾਹਿਬ ਵਾਲਿਆਂ ਦਾ। ਮੈਂ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਹੋਰ ਵੱਧ ਤੋਂ ਵੱਧ ਸਾਡੇ ਪੰਜਾਬ ਦੇ ਵਿੱਚ ਅਕੈਡਮੀਆਂ ਚੱਲਣ, ਤਾਂ ਕਿ ਜਿਹੜੀ ਸਿੱਖੀ ਆ ਜਾਂ ਇਹ ਵੱਜੇ ਸਾਡੇ। ਆਓ ਅਸੀਂ ਸਾਰੇ ਇੱਕਜੁੱਟ ਹੋ ਕੇ ਵਿੱਦਿਆ ਦੀ ਇਸ ਦਾਤ ਨੂੰ ਹਰ ਇੱਕ ਘਰ ਵਿੱਚ ਪਹੁੰਚਾ ਕੇ ਸੰਤਾਂ ਦਾ ਸੁਪਨਾ ਪੂਰਾ ਕਰੀਏ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਪਿੰਡਾਂ ਦਾ ਸੁਧਾਰ ਹੋਵੇ, ਪਿੰਡ ਦੇ ਬੱਚਿਆਂ ਨੂੰ ਵਿੱਦਿਆ ਦੀ ਦਾਤ ਮਿਲੇ, ਗੁਰਸਿੱਖੀ ਰਹਿਣੀ ਬਹਿਣੀ ਦਾ ਉਹ ਟਾਸਰਾ ਲੈ ਕੇ 5 ਚੋਰਾਂ ਤੋਂ ਕੁਰੀਤਿਆਂ ਤੋਂ ਦੂਰ ਰਹਿ ਕੇ ਅੱਗੇ ਵਧਣ, ਅਤੇ ਆਪਣੇ ਪਿੰਡਾਂ ਦੇ ਵਿੱਚ ਵੀ ਵਿੱਦਿਆ ਦਾ ਬੂਟਾ ਲਗਾਓ। ਇੱਕ ਗੱਲ ਯਾਦ ਰੱਖਣਾ, ਨੇਕੀ ਕਰਨਾ ਗੁਰੂ ਨਾਨਕ ਨੂੰ ਪਾਉਣਾ ਹੈ।